ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ। ਸੱਚੇ ਪਾਤਸ਼ਾਹ ਦੇ ਅੱਗੇ ਸਿਰ ਝੁਕਾ ਕੇ ਗੱਲ ਕਹਿੰਦਾ ਕਿ ਇਸ ਲੜਾਈ 'ਚ ਜਿੱਤ ਸੱਚਾਈ ਦੀ ਹੋਣੀ। ਜੋ ਧੱਕੇਸ਼ਾਹੀਆਂ ਜ਼ਾਸਤੀਆਂ ਜੋ ਪੰਜਾਬ ਦੇ ਲੋਕਾਂ ਨਾਲ ਜ਼ੁਲਮ ਕਮਾਇਆ, ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਧੋਖਾ ਕੀਤਾ, ਉਹਨਾਂ ਲੋਕਾਂ ਨੂੰ ਕਿਸੇ ਨੇ ਮਾਫ਼ ਨਹੀਂ ਕਰਨਾ। ਇਸੇ ਕਰਕੇ 9 ਸੀਟਾਂ ਡਿਕਲੇਅਰ ਕਰਕੇ ਅੱਜ ਅਕਾਲੀ ਦਲ ਬਾਦਲ ਸ਼ਸ਼ੋ ਪੰਚ ਸੀਗੀ, ਕਿੱਥੇ ਕਿਹਨੂੰ ਲੜਾਉਣਾ, ਕਿੱਦਾਂ ਲੜਾਉਣਾ। ਲੇਕਿਨ ਮੇਰੀ ਬੇਨਤੀ ਹੈ, ਮੇਰੀ ਬੇਨਤੀ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਉਹ ਸਵੀਕਾਰ ਕਰਨ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਬਠਿੰਡਾ ਤੋਂ ਉਤਾਰਨ। ਹੁਣ ਉਹ ਕਹਿੰਦੇ ਸੀ ਅਸੀਂ ਕਾਂਗਰਸ ਦਾ ਉਮੀਦਵਾਰ ਵੇਖਣਾ, ਹੁਣ ਕਾਂਗਰਸ ਨੇ ਪਹਿਲ ਮੁਕਦਮੀ ਕਰਕੇ ਉਮੀਦਵਾਰ ਐਲਾਨ ਦਿੱਤਾ। ਉਹ ਕਹਿੰਦੇ ਸੀ ਕਾਂਗਰਸ ਨੂੰ ਉਮੀਦਵਾਰ ਨਹੀਂ ਥਿਆਉਂਦਾ, ਆਪ ਤਾਂ ਐਲਾਨਿਆ ਨਹੀਂ, ਆਪ ਐਲਾਨਿਆ ਨਹੀਂ ਅਤੇ ਕਾਂਗਰਸ ਨੂੰ ਕਹਿੰਦੇ ਸੀ ਥਿਆਉਂਦਾ ਨਹੀਂ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜਲਦੀ ਉਮੀਦਵਾਰ ਹਰਸਿਮਰਤ ਕੌਰ ਜੀ ਨੂੰ ਉਤਾਰੋ। ਹਾਲਾਂਕਿ 5-10 ਦਿਨਾਂ ਦੇ ਪਹਿਲਾਂ ਤੋਂ ਲੱਗੇ ਹੋਏ ਆ ਕੈਂਪੇਨ ਕਰਨ, ਹੁਣ ਪਰਮਾਤਮਾ ਦੇਖੇਗਾ ਕਿ ਕੀ ਹੁੰਦਾ ਕੀ ਨਹੀਂ। ਮੈਨੂੰ ਤਾਂ ਉਹ ਸੱਚੇ ਪਾਤਸ਼ਾਹ 'ਤੇ ਪੂਰੀ ਭਰੋਸਾ ਹੈ, ਮੈਨੂੰ ਜਨਤਾ 'ਤੇ ਭਰੋਸਾ।